ਚੰਗੇ ਕੰਮਾਂ ਲਈ ਬੁਲੰਦ ਕਰਨਾ ਸੀ ਆਵਾਜ਼ ਨੂੰ, ਕੁਝ ਤਾਂ ਯੋਗਦਾਨ ਦੇਣਾ ਸੀ ਸਮਾਜ ਨੂੰ। ਦੱਸ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਹੋਏ ਜੇ 18ਵੇਂ 'ਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ ਹੋਏ। ਚੰਗੇ ਕੰਮ ਕਰਨ ਵਾਲੇ ਆਮ ਨਹੀਂ ਹੋ ਹੁੰਦੇ ਹੋਏ, ਸਿਆਣੇ ਧੀ ਪੁੱਤ ਕਦੇ ਬਦਨਾਮ ਨਹੀਂ ਹੋ ਹੁੰਦੇ। ਕਿ ਮੈਨੂੰ ਵੀ ਖੁਦ ਇੱਕ ਮੈਂ ਗੀਤ ਸੁਣਿਆ, ਕਹਿੰਦੇ ਵੀ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ, ਤਾਂ ਮੈਨੂੰ ਲੱਗਿਆ ਕਿ 18ਵਾਂ ਸਾਲ ਬਦਨਾਮ ਹੋਣ ਲਈ ਨਹੀਂ ਹੁੰਦਾ, 18ਵਾਂ ਸਾਲ ਨਾਮ ਕਮਾਉਣ ਲਈ ਹੁੰਦਾ। ਡੀਜ਼ੇ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਸੀ, ਸ਼ੋਰ ਜਿਹੇ ਨਾਲ ਮੇਰੀ ਨੀਂਦ ਟੁੱਟ ਗਈ ਸੀ। ਗੀਤ ਸੁਣ, ਦਿਮਾਗ ਸੱਚੀ ਜਾਮ ਹੋ ਗਿਆ, ਕਹਿੰਦਾ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ। ਪੰਜੇ ਉਂਗਲਾਂ ਤਾਂ ਇੱਕੋ ਸਾਰ ਨਹੀਂ ਹੁੰਦੀਆਂ, ਆਹ ਬਦਨਾਮੀਆਂ ਭਾਈ ਉਹ ਪਿਆਰ ਨਹੀਂ ਹੁੰਦੀਆਂ। ਬਾਪੂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਸੀ, 18ਵੇਂ 'ਚ ਦੱਸਦਾ ਉਹ ਕਿਹੜਾ ਕਿਹੜਾ ਕੰਮ ਕਰਨਾ। 12ਵੀਂ ਦੀ ਪੂਰੀ ਕਰਨੀ ਸੀ ਪੜ੍ਹਾਈ ਹੋਏ, ਫੌਜ ਵਿੱਚ ਭਰਤੀ ਲਈ ਕਰਨਾ ਸੀ ਟਰਾਈ ਹੋਏ, ਮਾਰਸ਼ਲ ਅਰਜਨ ਸਿੰਘ ਵਾਂਗ ਨਾਮਣਾ ਸੀ ਖੱਟਣਾ, ਬਾਪੂ ਦੇ ਮੋਢਿਆਂ ਤੋਂ ਬੋਝ ਸੀ ਘਟਣਾ। 18ਵੇਂ 'ਚ ਤਾਂ ਟਰੈਕਟਰ ਦੇ ਸਟੇਅਰਿੰਗ ਫੜ ਲੈਣੇ ਸੀ, ਕਿੱਲਾ ਛੜਵਾ ਲੈਂਦਾ ਜਿਹੜਾ ਪਿਆ ਗਹਿਣੇ ਸੀ। ਪਿੰਡ ਦੇ ਨਾਮ ਵਾਲੀ ਜਾਂਦੀ ਝੰਡੀ ਗੱਡੀ ਹੋਏ, ਹਰਜੀਤ ਬਾਜੇ ਖਾਨੇ ਵਾਂਗੂ ਖੇਡਦਾ ਜੇ ਕਬੱਡੀ ਹੋਏ। ਰੋਇੰਗ 'ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਹੋਏ, ਰੋਇੰਗ 'ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਹੋਏ, ਸਵਰਨ ਵਿਰਕ ਵਾਂਗੂ ਅਰਜਨ ਅਵਾਰਡ ਵਾਲੀ ਮਾਰ। ਸਵਰਨ ਵਿਰਕ ਇੱਕ ਮਾਨਸਾ ਦਾ ਸਾਡਾ ਉਹ ਨੌਜਵਾਨ ਦਲੇਲ ਵਾਲੇ ਪਿੰਡ ਦਾ, ਜਿਹਦੇ ਬਿਨਾਂ ਬੱਸ ਵੀ ਨਹੀਂ ਜਾਂਦਾ, ਮਤਲਬ ਇੰਨਾ ਉਹ ਪੇਂਡੂ ਖੇਤਰ ਦੇ ਵਿੱਚੋਂ ਉੱਠ ਕੇ ਪਤਾ ਨਹੀਂ ਕਿਹੜੇ ਟੋਬਿਆਂ ਦੇ ਵਿੱਚ ਤੈਰਾਕੀਆਂ, ਮਤਲਬ ਉਹਨਾਂ ਨੇ ਰੋਇੰਗ ਸਿੱਖੀ ਚਾਲਕ। ਤਾਂ ਤੁਸੀਂ ਰੋਇੰਗ 'ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਹੋਏ, ਸਵਰਨ ਵਿਰਕ ਵਾਂਗੂ ਅਰਜਨ ਅਵਾਰਡ ਵਾਲੀ ਮਾਰ ਲੈਂਦਾ ਮੱਲ ਹੋਏ। 18ਵੇਂ 'ਚ ਤਾਂ ਯਾਦਗਾਰੀ ਰੋਲ ਨਿਭਾਉਣਾ ਸੀ, ਔਲਖ ਸਾਹਿਬ ਦੇ ਨਾਟਕਾਂ ਦਾ ਪਾਤਰ ਬਣ ਜਾਣਾ ਸੀ। ਚੰਗੇ ਕੰਮਾਂ ਲਈ ਬੁਲੰਦ ਕਰਨਾ ਸੀ ਆਵਾਜ਼ ਨੂੰ, ਕੁਝ ਤਾਂ ਯੋਗਦਾਨ ਦੇਣਾ ਸੀ ਸਮਾਜ ਨੂੰ। ਦੱਸ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਹੋਏ ਜੇ 18ਵੇਂ 'ਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ ਹੋਏ। ਚੰਗੇ ਕੰਮ ਕਰਨ ਵਾਲੇ ਆਮ ਨਹੀਂ ਹੋ ਹੁੰਦੇ ਹੋਏ, ਸਿਆਣੇ ਧੀ ਪੁੱਤ ਕਦੇ ਬਦਨਾਮ ਨਹੀਂ ਹੁੰਦੇ। ਇੰਨੀ ਕੁ ਗੱਲ ਕਹਿੰਦਾ ਚਹਿਲ ਜਾਂਦਾ ਜਾਂਦਾ ਹੋਏ, ਇੰਨੀ ਕੁ ਗੱਲ ਕਹਿੰਦਾ ਚਹਿਲ ਜਾਂਦਾ ਜਾਂਦਾ ਹੋਏ, 18ਵੇਂ ਦਾ ਕਮਾਇਆ 'ਤੇ ਬੰਦਾ ਸਾਰੀ ਉਮਰ ਖਾਂਦਾ ਹੋਏ, 18ਵੇਂ ਦਾ ਕਮਾਇਆ 'ਤੇ ਬੰਦਾ ਸਾਰੀ ਉਮਰ ਖਾਂਦਾ। ਕਲਮਾਂ 'ਤੇ ਆਵਾਜ਼ਾਂ ਦੀ ਡਿਊਟੀ, ਮਤਲਬ ਇਹ ਫਰਜ਼ ਬਣਦਾ ਕਿ ਮਾਲਕ ਨੇ ਕਿਸੇ ਨੂੰ ਕਲਮ ਬਖਸ਼ੀ ਹੈ, ਕਿਹਨੂੰ ਆਵਾਜ਼ ਬਖਸ਼ੀ ਹੈ, ਤਾਂ ਉਹਨਾਂ ਆਪਣਾ ਇੱਕ ਫਰਜ਼ ਬਣਦਾ। ਜਿਵੇਂ ਆਪਾਂ ਕਹੀਏ ਵੀ ਕਹਿੰਦੇ ਵੀ ਜਿਹੜੇ ਹੁਣ ਯੂਥ ਹੈ ਉਹਨਾਂ ਦੇ ਜਵਾਨੀ ਹੈ ਜਿਹੜੀ ਉਹਨਾਂ ਦੇ ਮਗਰ ਲੱਗਦੀ ਹੈ ਕਲਾਕਾਰਾਂ ਦੀ, ਤਾਂ ਉਹਨਾਂ ਦਾ ਵੀ ਤਾਂ ਫਰਜ਼ ਬਣਦਾ ਨਾ। ਉਹ ਕਹਿੰਦੇ ਨੇ ਜਿਵੇਂ ਕਹਿੰਦੇ ਵੀ ਰੋਲ ਮਾਡਲ ਬਣੋ, ਰੋਲਣ ਵਾਲੇ ਮਾਡਲ ਨਾ ਬਣੋ। ਚੰਗੇ ਕੰਮਾਂ ਲਈ ਬੁਲੰਦ ਕਰਨਾ ਸੀ ਆਵਾਜ਼ ਨੂੰ, ਕੁਝ ਤਾਂ ਯੋਗਦਾਨ ਦੇਣਾ ਸੀ ਸਮਾਜ ਨੂੰ। ਦੱਸ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਹੋਏ ਜੇ 18ਵੇਂ 'ਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ ਹੋਏ। ਚੰਗੇ ਕੰਮ ਕਰਨ ਵਾਲੇ ਆਮ ਨਹੀਂ ਹੋ ਹੁੰਦੇ ਹੋਏ, ਸਿਆਣੇ ਧੀ ਪੁੱਤ ਕਦੇ ਬਦਨਾਮ ਨਹੀਂ ਹੁੰਦੇ। ਕਿ ਮੈਨੂੰ ਵੀ ਖੁਦ ਇੱਕ ਮੈਂ ਗੀਤ ਸੁਣਿਆ, ਕਹਿੰਦਾ ਵੀ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ, ਤਾਂ ਮੈਨੂੰ ਲੱਗਿਆ ਕਿ 18ਵਾਂ ਸਾਲ ਬਦਨਾਮ ਹੋਣ ਲਈ ਨਹੀਂ ਹੁੰਦਾ, 18ਵਾਂ ਸਾਲ ਨਾਮ ਕਮਾਉਣ ਲਈ ਹੁੰਦਾ। ਡੀਜ਼ੇ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਸੀ, ਸ਼ੋਰ ਜਿਹੇ ਨਾਲ ਮੇਰੀ ਨੀਂਦ ਟੁੱਟ ਗਈ ਸੀ। ਗੀਤ ਸੁਣ, ਦਿਮਾਗ ਸੱਚੀ ਜਾਮ ਹੋ ਗਿਆ, ਕਹਿੰਦਾ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ। ਪੰਜੇ ਉਂਗਲਾਂ ਤਾਂ ਇੱਕੋ ਸਾਰ ਨਹੀਂ ਹੁੰਦੀਆਂ, ਆਹ ਬਦਨਾਮੀਆਂ ਭਾਈ ਉਹ ਪਿਆਰ ਨਹੀਂ ਹੁੰਦੀਆਂ। ਬਾਪੂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਸੀ, 18ਵੇਂ 'ਚ ਦੱਸਦਾ ਉਹ ਕਿਹੜਾ ਕਿਹੜਾ ਕੰਮ ਕਰਨਾ। 12ਵੀਂ ਦੀ ਪੂਰੀ ਕਰਨੀ ਸੀ ਪੜ੍ਹਾਈ ਹੋਏ, ਫੌਜ ਵਿੱਚ ਭਰਤੀ ਲਈ ਕਰਨਾ ਸੀ ਟਰਾਈ ਹੋਏ, ਮਾਰਸ਼ਲ ਅਰਜਨ ਸਿੰਘ ਵਾਂਗ ਨਾਮਣਾ ਸੀ ਖੱਟਣਾ, ਬਾਪੂ ਦੇ ਮੋਢਿਆਂ ਤੋਂ ਬੋਝ ਸੀ ਘਟਣਾ। 18ਵੇਂ 'ਚ ਤਾਂ ਟਰੈਕਟਰ ਦੇ ਸਟੇਅਰਿੰਗ ਫੜ ਲੈਣੇ ਸੀ, ਕਿੱਲਾ ਛੜਵਾ ਲੈਂਦਾ ਜਿਹੜਾ ਪਿਆ ਗਹਿਣੇ ਸੀ। ਪਿੰਡ ਦੇ ਨਾਮ ਵਾਲੀ ਜਾਂਦੀ ਝੰਡੀ ਗੱਡੀ ਹੋਏ, ਹਰਜੀਤ ਬਾਜੇ ਖਾਨੇ ਵਾਂਗੂ ਖੇਡਦਾ ਜੇ ਕਬੱਡੀ ਹੋਏ। ਰੋਇੰਗ 'ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਹੋਏ, ਰੋਇੰਗ 'ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਹੋਏ, ਸਵਰਨ ਵਿਰਕ ਵਾਂਗੂ ਅਰਜਨ ਅਵਾਰਡ ਵਾਲੀ ਮਾਰ। ਸਵਰਨ ਵਿਰਕ ਇੱਕ ਮਾਨਸਾ ਦਾ ਸਾਡਾ ਉਹ ਨੌਜਵਾਨ ਦਲੇਲ ਵਾਲੇ ਪਿੰਡ ਦਾ, ਜਿਹਦੇ ਬਿਨਾਂ ਬੱਸ ਵੀ ਨਹੀਂ ਜਾਂਦਾ, ਮਤਲਬ ਇੰਨਾ ਉਹ ਪੇਂਡੂ ਖੇਤਰ ਦੇ ਵਿੱਚੋਂ ਉੱਠ ਕੇ ਪਤਾ ਨਹੀਂ ਕਿਹੜੇ ਟੋਬਿਆਂ ਦੇ ਵਿੱਚ ਤੈਰਾਕੀਆਂ, ਮਤਲਬ ਉਹਨਾਂ ਨੇ ਰੋਇੰਗ ਸਿੱਖੀ ਚਾਲਕ। ਤਾਂ ਤੁਸੀਂ ਰੋਇੰਗ 'ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਹੋਏ, ਸਵਰਨ ਵਿਰਕ ਵਾਂਗੂ ਅਰਜਨ ਅਵਾਰਡ ਵਾਲੀ ਮਾਰ ਲੈਂਦਾ ਮੱਲ ਹੋਏ। 18ਵੇਂ 'ਚ ਤਾਂ ਯਾਦਗਾਰੀ ਰੋਲ ਨਿਭਾਉਣਾ ਸੀ, ਔਲਖ ਸਾਹਿਬ ਦੇ ਨਾਟਕਾਂ ਦਾ ਪਾਤਰ ਬਣ ਜਾਣਾ ਸੀ। ਚੰਗੇ ਕੰਮਾਂ ਲਈ ਬੁਲੰਦ ਕਰਨਾ ਸੀ ਆਵਾਜ਼ ਨੂੰ, ਕੁਝ ਤਾਂ ਯੋਗਦਾਨ ਦੇਣਾ ਸੀ ਸਮਾਜ ਨੂੰ। ਦੱਸ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਹੋਏ ਜੇ 18ਵੇਂ 'ਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ ਹੋਏ। ਚੰਗੇ ਕੰਮ ਕਰਨ ਵਾਲੇ ਆਮ ਨਹੀਂ ਹੋ ਹੁੰਦੇ ਹੋਏ, ਸਿਆਣੇ ਧੀ ਪੁੱਤ ਕਦੇ ਬਦਨਾਮ ਨਹੀਂ ਹੁੰਦੇ। ਇੰਨੀ ਕੁ ਗੱਲ ਕਹਿੰਦਾ ਚਹਿਲ ਜਾਂਦਾ ਜਾਂਦਾ ਹੋਏ,
ਇੰਨੀ ਕੁ ਗੱਲ ਕਹਿੰਦਾ ਚਹਿਲ ਜਾਂਦਾ ਜਾਂਦਾ ਹੋਏ 18ਵੇਂ ਦਾ ਕਮਾਇਆ ਤੇ ਬੰਦਾ ਸਾਰੀ ਉਮਰ ਖਾਂਦਾ ਹੋਏ 18ਵੇਂ ਦਾ ਕਮਾਇਆ ਤੇ ਬੰਦਾ ਸਾਰੀ ਉਮਰ ਖਾਂਦਾ। ਕਲਮਾਂ ਤੇ ਆਵਾਜ਼ਾਂ ਦੀ ਡਿਊਟੀ ਮਤਲਬ ਇਹ ਫਰਜ਼ ਬਣਦਾ ਹੈ ਕਿ ਮਾਲਕ ਨੇ ਕਿਸੇ ਨੂੰ ਕਲਮ ਬਖਸ਼ੀ ਹੈ, ਕਿਹਨੂੰ ਆਵਾਜ਼ ਬਖਸ਼ੀ ਹੈ, ਤਾਂ ਉਹਨਾਂ ਆਪਣਾ ਇੱਕ ਫਰਜ਼ ਬਣਦਾ ਹੈ। ਜਿਵੇਂ ਆਪਾਂ ਕਹੀਏ ਵੀ ਕਹਿੰਦੇ ਵੀ ਜਿਹੜੇ ਹੁਣ ਯੂਥ ਹੈ ਉਹਨਾਂ ਦੇ ਜਵਾਨੀ ਹੈ ਜਿਹੜੀ ਉਹਨਾਂ ਦੇ ਮਗਰ ਲੱਗਦੀ ਹੈ ਕਲਾਕਾਰਾਂ ਦੀ, ਤਾਂ ਉਹਨਾਂ ਦਾ ਵੀ ਤਾਂ ਫਰਜ਼ ਬਣਦਾ ਨਾ। ਉਹ ਕਹਿੰਦੇ ਨੇ ਜਿਵੇਂ ਕਹਿੰਦੇ ਵੀ ਰੋਲ ਮਾਡਲ ਬਣੋ, ਰੋਲਣ ਵਾਲੇ ਮਾਡਲ ਨਾ ਬਣੋ।